ਜਿਵੇਂ ਤੁਸੀਂ ਹੁਣੇ ਕਿਹਾ ਵੀ ਤੁਸੀਂ ਸਟੂਡੈਂਟ ਦਾ ਤਕਰੀਬਨ $10,000 ਜਿਹੜਾ ਜੇ ਆਪਾਂ ਇੰਡੀਅਨ ਰੁਪੀਜ਼ ਦੀ ਗੱਲ ਕਰੀਏ 6.5 ਲੱਖ ਰੁਪਇਆ ਬਚਾ ਸਕਦੇ ਹੋ। ਪਰ ਦੂਜੇ ਪਾਸੇ ਜ਼ਿਆਦਾ ਕੰਸਲਟੈਂਟ ਇਹ ਬੋਲ ਰਹੇ ਆ ਵੀ ਹਜੇ ਸੀਟਾਂ ਹੀ ਨਹੀਂ ਅਵੇਲੇਬਲ ਹੈਗੀਆਂ ਜਰਮਨੀ ਇਨਟੇਕ ਦੀਆਂ। ਤੁਸੀਂ ਇਹ ਗੱਲ ਕਿਸ ਤਰ੍ਹਾਂ ਦੇ ਨਾਲ ਦਾਅਵੇ ਨਾਲ ਕਹਿ ਸਕਦੇ ਹੋ ਵੀ ਅਸੀਂ ਜਿਹੜੇ December 2023 ਮੰਥ ਦੇ ਵਿੱਚ ਕੋਈ ਅਪਲਾਈ ਕਰਦਾ ਤਾਂ ਅਸੀਂ ਉਹਦੇ ਬਚਾ ਦਾਂਗੇ। ਭਾਅ ਜੀ ਦੇਖੋ, ਹਰ ਇੱਕ ਦਾ ਆਪਣਾ ਆਪਣਾ ਕਾਰੋਬਾਰ। ਹੁਣ ਜਿਹੜੇ ਬੰਦੇ ਕੋਲ ਜਿੰਨਾ ਕੁ ਰਾਸ਼ਨ ਆ ਉਨਾ ਕੁ ਰਾਸ਼ਨ ਵੇਚੇਗਾ। ਸੇਮ ਐਜ਼ ਜਿਹੜੇ ਬੰਦੇ ਕੋਲ ਜਿੰਨੇ ਕੁ ਕਾਲਜਸ ਨੇ, ਅਗਰ ਕਿਸੇ ਕੋਲ 2-4-5 ਕਾਲਜਸ ਆ, ਜ਼ਿਆਦਾ ਆਪਸ਼ਨਸ ਨਹੀਂ ਹੈਗੀਆਂ, ਸੋ ਉਹ ਬੰਦੇ ਕਹਿੰਦੇ ਕਿ ਸਪਟੰਬਰ ਇਨਟੇਕ ਦੇ ਵਿੱਚ ਹੈ। ਜੋ 2-3 ਮਹੀਨੇ ਪਹਿਲੇ ਹੀ ਅਨਾਊਂਸਮੈਂਟ ਲੋਕਾਂ ਨੇ ਕਰੀ ਸੀਗੀ ਕਿ ਸਪਟੰਬਰ ਇਨਟੇਕ ਅਵੇਲੇਬਲ ਹੈ। ਅੱਜ ਸਾਡੇ ਕੋਲ ਰਾਸ਼ਨ ਵੱਧ ਆ, ਸਾਡੇ ਕੋਲ ਕਾਲਜਸ ਜ਼ਿਆਦਾ ਆ, ਸਾਡੇ ਕੋਲ ਵੈਰਾਈਟੀ ਔਰ ਵੋਲੀਅਮ ਹੈਗੀ ਕਾਲਜਸ ਦੇ ਵਿੱਚ ਕਿ ਮਲਟੀਪਲ ਕਾਲਜਸ ਸਾਡੇ ਕੋਲ ਹੈਗੇ, ਜਿਹਦੇ ਜੈਨ ਇਨਟੇਕ ਦੇ ਵਿੱਚ ਵੀ ਜਿਹਦੇ 'ਚ ਸੀਟਸ ਅਵੇਲੇਬਲ ਨੇ, ਮੇਨ ਇਨਟੇਕ ਦੇ ਵਿੱਚ ਵੀ ਸੀਟਸ ਅਵੇਲੇਬਲ ਨੇ। ਚਾਹੇ ਤੁਸੀਂ ਆਰਟਸ ਬੈਕਗਰਾਊਂਡ ਦੇ ਹੋ, ਮੈਡੀਕਲ ਹੋ, ਕਾਮਰਸ ਹੋ, ਨੋਨ ਮੈਡੀਕਲ ਹੋ, ਸਟਿਲ ਸਾਡੇ ਕੋਲ ਓਨਟੈਰੀਓ 'ਚ ਆਪਸ਼ਨ ਹੈ, ਬ੍ਰਿਟਿਸ਼ ਕੋਲੰਬੀਆ 'ਚ ਆਪਸ਼ਨ ਹੈ, ਅਲਬਰਟਾ ਦੇ ਵਿੱਚ ਆਪਸ਼ਨ ਹੈ। ਅੱਜ ਸਾਡੇ ਕੋਲ ਜਿਹੜਾ ਬੱਚਾ ਆ ਰਿਹਾ, 2 ਦਿਨ 'ਚ ਉਹਦੀ ਫਾਈਲ ਐਮਬੈਸੀ ਤੱਕ ਪਹੁੰਚਾਵਾਂਗੇ ਅਤੇ ਸਾਰੇ ਪੈਸੇ ਬੱਚਾ ਉਦੋਂ ਦਊਗਾ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਏਗਾ।